ਤਸਵੀਰਾਂ ਗਰਾ ਮੋੜਾ ਟੋਲ ਪਲਾਜ਼ਾ ਨੈਸ਼ਨਲ ਹਾਈਵੇ ਟੋਲ ਪਲਾਜ਼ੇ ਦੀਆਂ ਦਿਖਾ ਰਹੇ ਨੇ ਜਿੱਥੇ ਕਿ ਗੱਡੀਆਂ ਟਰੱਕਾਂ ਕਾਰਾਂ ਵਾਲਿਆਂ ਦਾ ਕਹਿਣਾ ਹੈ ਇੱਕ ਇੱਕ ਡੇਢ ਡੇਢ ਘੰਟਾ ਇੰਤਜ਼ਾਮ ਕਰਨ ਤੋਂ ਬਾਵਜੂਦ ਫਿਰ ਸਾਨੂੰ ਟੋਲ 'ਤੇ ਕ੍ਰੋਸ ਕਰਨਾ ਪੈ ਰਿਹਾ ਹੈ। ਜੋ ਅਸੀਂ ਲਾਈਵ ਤਸਵੀਰਾਂ ਇਸ ਟਾਈਮ ਗਰਾ ਮੋੜਾ ਦੀਆਂ ਦਿਖਾ ਰਹੇ ਨੇ ਜਿੱਥੇ ਟੋਲ ਪਲਾਜ਼ੇ 'ਤੇ ਲੰਬੀਆਂ ਲੰਬੀਆਂ ਤਸਵੀਰਾਂ ਜੋ ਤੁਸੀਂ ਦੇਖ ਸਕਦੇ ਹੋ ਆਉਣਾ ਸ਼ੁਰੂ ਕਰ ਗਏ। ਹਾਂਜੀ ਅਸੀਂ ਸੈਰ ਕਰਦੇ ਸੀ ਪੈਦਲ ਨਿਕਲ ਕੇ ਆਏ ਇਸੇ ਚੱਕਰ ਦੇ ਵਿੱਚ ਵਿੱਚੋਂ ਵਿੱਚੋਂ ਜਿੰਨੀਆਂ ਗੱਡੀਆਂ ਸਾਰੀਆਂ ਇਹ ਵਿੱਚੋਂ ਸਾਈਡਾਂ ਤੋਂ ਕਿਉਂ ਲਿਆ ਦਿੱਤੇ ਇੰਨੀਆਂ ਲਾਈਨਾਂ ਕਿਉਂ ਲਵਾ ਰਹੇ ਇਸੇ ਸਾਰੇ ਇਹਨਾਂ ਨੂੰ ਮਨਾ ਕਰਨਾ ਚਾਹੀਦਾ ਇੰਨਾ ਲੰਬਾ ਅਸੀਂ ਜਾਮ ਘੰਟਾ ਘੰਟੇ ਦੇ ਲਾਈਨਾਂ ਲੱਗਿਆ ਰਹੇ ਮੁਲਾਜ਼ਮ ਹੋ ਗਿਆ ਨਹੀਂ ਨਹੀਂ ਹਮ ਟੋਲ ਕੇ ਮੁਲਾਜ਼ਮ ਨਹੀਂ ਹੈ ਐਕਚੁਅਲੀ ਜਾਮ ਬਹੁਤ ਲੱਗ ਗਿਆ ਹੈ ਤੋ ਹਮ ਕੋਸ਼ਿਸ਼ ਕਰ ਰਹੇ ਹੈ ਜਿੱਥੇ ਜ਼ਿਆਦਾ ਗਾੜੀਆਂ ਨਿਕਲ ਪਾਏ ਤੋ ਆਪਕੀ ਗਾੜੀ ਵੀ ਜਾਮ ਮੇਂ ਹੈ ਹਾਂ ਮੇਰੀ ਗਾੜੀ ਪਿੱਛੇ ਜਾਮ ਹੈ ਬਸ ਨਿਭਾ ਰਹੇ ਹੋ ਕਰ ਰਹੇ ਹੈ ਤਾਂ ਕਿ ਲੋਕ ਨਿਕਲ ਪਾਏ ਅਦਰਵਾਈਜ਼ ਤੋ ਔਰ ਜਾਮ ਲੱਗ ਜਾਏਗਾ ਲੋਕ ਦੋ ਦੋ ਘੰਟੇ ਫਸ ਜਾਏਗੇ ਟੋਲ ਕਾ ਮੁਲਾਜ਼ਮ ਕੋਈ ਨਹੀਂ ਆਇਆ ਯਹਾਂ ਪਰ ਗਾੜੀ ਅਭੀ ਯਹਾਂ ਤੋ ਕੋਈ ਨੀਚੇ ਯਹਾਂ ਤੋ ਮੁਝੇ ਨਹੀਂ ਦਿਖ ਰਹਾ ਆਗੇ ਕਾਟ ਰਹੇ ਹੋ ਅਲੱਗ ਬਾਤ ਹੈ ਯਹਾਂ ਤੋ ਕੋਈ ਇਹ ਕਮ ਸੇ ਕਮ 1 ਘੰਟਾ ਹੋ ਗਿਆ ਬਹੁਤ ਬੁਰਾ ਹਾਲ ਹੈ ਟੋਲ ਵਾਲੇ ਕੁਝ ਕਰ ਰਹੇ ਨੇ ਕੁਝ ਨਹੀਂ ਫ੍ਰੀ ਕੋਈ ਨਹੀਂ ਬੋਲਦੇ 3 ਮਿੰਟ ਮੈਂ ਫ੍ਰੀ ਹੈ ਕੋਈ ਫ੍ਰੀ ਨਹੀਂ ਹੈ ਮਨਮਾਨੀ ਮਿੰਟ ਹੋ ਗਏ ਨੇ ਭਾਜੀ ਸਾਨੂੰ ਲੱਗਦਾ ਨਹੀਂ ਟੋਲ ਨੈਸ਼ਨਲ ਹਾਈਵੇ ਦੇ ਕੁਝ ਰੂਲ ਹੈਗੇ ਆ ਇੱਥੇ ਤੇ ਨਹੀਂ ਲੱਗਦਾ ਭਾਜੀ ਦਿੱਲੀ ਦੇ ਆਪਣਾ ਸਹੀ ਹੈ ਵਧੀਆ ਹੈ ਲੱਗਦਾ ਨਹੀਂ ਜੋ ਟੋਲ ਨੈਸ਼ਨਲ ਹਾਈਵੇ ਦੇ ਰੂਲ ਹੈਗੇ ਆ ਇਹ ਬਿਲਕੁਲ ਗਲਤ ਹੈ ਜੀ ਇਹ ਲੱਗਦਾ ਨਹੀਂ ਤੁਹਾਨੂੰ ਇੱਥੇ ਜਿਹੜਾ ਇੰਨਾ ਟਾਈਮ ਲੱਗ ਰਿਹਾ ਟੋਲ ਪਲਾਜ਼ੇ ਬਹੁਤ ਗਲਤ ਗੱਲ ਮੈਂ ਜੀ ਪੈਸੇ ਵੀ ਦੇਣੇ ਨਾਲ ਅਸੀਂ ਪਰੇਸ਼ਾਨ ਵੀ ਹੋ ਰਹੇ ਹਾਂ।